ਸਾਰੇ ਜੈਮ ਸਿੰਘੀ ਸੋਚਵਾਲ ਸੋ ਧੰਨਵਾਦ ਕਰਦੇ ਪਰਮੇਸ਼ੁਰ ਮਸੀਹ ਦਾ ਅੱਜ ਸ਼ਾਮ ਦੇ ਲਈ ਐਂਡ ਵੀ ਆਰ ਗ੍ਰੇਟਫੁਲ ਟੂ ਦ ਲਾਰਡ ਕ੍ਰਾਈਸਟ ਹੀ ਹੈਸ ਫॉर ਦਿਸ ਈਵਨਿੰਗ ਸੋ ਖੁਦਾ ਦਾ ਨੂੰ ਬਰੇ ਹੈ ਖੁਦਾ ਦਾ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਜਿਉਂਦਾ ਰੱਖਿਆ ਆਪਣੇ ਕੰਮਾਂ ਲਈ ਮਜ਼ਬੂਤ ਕੀਤਾ ਵਾ ਇਟਸ ਗ੍ਰੇਸ ਆਫ ਦ ਲਾਰਡ ਦੈਟ ਹੀ ਕੈਪਟ ਅਸ ਅਲਾਈਵ ਐਂਡ ਸਟੈਂਡਡ ਅਸ ਐਂਡ ਹੋਲਡ ਅਸ ਫॉर ਹਿਸ ਵਰਕ ਸੋ ਮੇਰਾ ਨਾਮ ਹੈ ਪਾਸਟਰ ਰੋਬਿਨ ਡੈਨੀਅਲ ਮਾਈ ਨੇਮ ਇਜ਼ ਪਾਸਟਰ ਰੋਬਿਨ ਡੈਨੀਅਲ ਡੈਨੀਅਲ ਨਾਮ ਮੈਨੂੰ ਪ੍ਰਭੂ ਤੋਂ ਮਿਲਿਆ ਵਾ ਰੋਬਿਨ ਨਾਮ ਮੈਨੂੰ ਪ੍ਰਭੂ ਤੋਂ ਮਿਲਿਆ ਵਾ ਐਂਡ ਡੈਨੀਅਲ ਨਾਮ ਆਈ ਰਿਸੀਵਡ ਫਰਮ ਦ ਲਾਰਡ ਰੋਬਿਨ ਨੇਮ ਆਈ ਰਿਸੀਵਡ ਫਰਮ ਦ ਲਾਰਡ ਮੈਂ ਜਦ ਵੀ ਮਿਨਿਸਟਰੀ ਕਰਦਾ ਵਾਂ ਜਦੋਂ ਲੋਕ ਪੁੱਛਦੇ ਆ ਤੇਰਾ ਨਾਮ ਕੀ ਹੈ ਤੇ ਮੈਂ ਕਿਤੇ ਵੀ ਜਾਂਦਾ ਵਾਂ ਤੇ ਮੈਂ ਹਮੇਸ਼ਾ ਬੋਲਦਾ ਵਾਂ ਤੇਰਾ ਰੋਬਿਨ ਡੈਨੀਅਲ ਹੈ whenever I'm doing a ministry of the Lord the people ask my name I told I just say them my name is Robin Daniel ਮੈਂ ਦੱਸਾਂਗਾ ਕਿ ਜਦੋਂ ਮੈਂ ਮਸੀਹੀ ਸੀ ਤੇ ਮੇਰਾ ਮਨ ਨਹੀਂ ਸੀ ਮੇਰਾ ਕੋਈ ਵਿਸ਼ਾ ਨਹੀਂ ਸੀ ਕਿ ਮੈਂ ਸੇਵਾ ਹੀ ਕਰਾਂ ਮੇਰਾ ਇੱਕ ਵਿਸ਼ਾ ਸੀ ਮੇਰਾ ਸੁਪਨਾ ਡ੍ਰੀਮ ਸੀ ਕਿ ਮੈਂ ਇੱਕ ਬਿਜ਼ਨਸਮੈਨ ਬਣਾਂ ਜੌਬ ਕਰਾਂ ਪੈਸਾ ਕਮਾਵਾਂ I wish not to do the ministry of the Lord, but still I wish that I become a businessman to earn a lot of money in my life. मैं बहुत सारे पैसे waste किए हैं, मैं बहुत सारा time waste किया हुआ कि मैं पैसा जमा कर सका, job कर सका. I wasted a lot of money and time, and so that I may get a lot of money in my account. और मेरे लिए तीन बार wish वाली हुई है कि इसे वही करनी है. And there are three times the prophecy has been done by the Lord in my life. ਲੇਕਿਨ ਮੈਂ ਸਮਝਦਾ ਸੀ ਕਿ ਸੇਵਾ ਹੀ ਕਰਨੀ ਹੈ ਸੇਵਾ ਵਿੱਚ ਕੁਝ ਨਹੀਂ ਮਿਲਣਾ ਮੈਨੂੰ ਪਾਪਾ ਦੇ ਨਾਲ ਸੇਵਾ ਹੀ ਕਰਦਾ ਪਿਆ ਹੈਲਪਰ ਤੌਰ ਤੇ ਐਂਡ ਆਈ ਵਾਸ ਥਿੰਕਿੰਗ ਫਰਮ ਦ ਮਿਨਿਸਟਰੀ ਆਈ ਐਮ ਨਾਟ ਗੋਇੰਗ ਟੂ ਗੈਟ ਐਨੀਥਿੰਗ ਬਟ ਐਜ਼ ਅ ਹੈਲਪਰ ਆਈ ਐਮ ਡੂਇੰਗ ਦ ਮਿਨਿਸਟਰੀ ਆਫ ਦ ਲਾਰਡ ਵਿਦ ਮਾਈ ਫਾਦਰ ਜਦੋਂ ਅਸੀਂ ਤੁਹਾਡੇ ਦਾਸਨਾ ਜਗ੍ਹਾ ਤੇ ਮਿਲੇ ਆ 2012 ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਕਲਾਮ ਵਿੱਚੋਂ When we met servant of the Lord in 2012, lot of things we learned from the word of the Lord. ਲਾਸਟ ਸਾਲ ਮੈਨੂੰ ਇੱਕ ਮੌਕਾ ਮਿਲਿਆ ਸੀ ਵੈਸਟ ਬੰਗਾਲ ਜਾਣ ਦਾ ਪ੍ਰਭੂ ਦੇ ਵਚਨ ਨੂੰ ਸ਼ੇਅਰ ਕਰਨ ਦਾ ਲਾਸਟ ਟਾਈਮ ਆਈ ਗਾਟ ਅ ਅਪਰਚੂਨਿਟੀ ਟੂ ਸ਼ੇਅਰ ਦ ਵਰਡ ਆਫ ਦ ਲਾਰਡ ਇਨ ਵੈਸਟ ਬੰਗਾਲ ਲੇਕਿਨ ਉਹਦਾ ਤਾਂ ਵੀ ਮੈਨੂੰ ਹਿੰਦੀ ਵਿੱਚ ਪ੍ਰਚਾਰ ਕਰਨਾ ਸੀ ਲੇਕਿਨ ਮੈਂ ਕਦੀ ਹਿੰਦੀ ਵਿੱਚ ਪ੍ਰਚਾਰ ਨਹੀਂ ਕੀਤਾ ਸੀ ਮੈਂ ਕੰਨੜ ਨੂੰ ਕੰਨੜ ਬੋਲਦਾ ਹਾਂ ਹਿੰਦੀ ਸੇ ਗੱਲਬਾਤ ਕਰਦੇ ਹਾਂ ਲੇਕਿਨ ਮੈਂ ਥੋੜਾ ਕਨਫਿਊਜ਼ ਸੀ ਕਿ ਮੈਂ ਕੀ ਬੋਲਾਂਗਾ ਪ੍ਰਭੂ ਦਾ ਆਤਮਾ ਕੀ ਚਾਹੁੰਦਾ ਵਾ ਐਂਡ ਆਈ ਵਾਸ ਸਟਿਲ ਕਨਫਿਊਜ਼ ਓਵਰ ਥੇਅਰ ਟੂ ਸ਼ੇਅਰ ਦ ਵਰਡ ਆਫ ਦ ਲਾਰਡ ਇਨ ਹਿੰਦੀ ਲੈਂਗੁਏਜ ਬਿਕੋਜ਼ ਆਈ ਨੈਵਰ ਯੂਜ਼ ਹਿੰਦੀ ਲੈਂਗੁਏਜ ਟੂ ਸ਼ੇਅਰ ਦ ਵਰਡ ਆਫ ਦ ਲਾਰਡ ਔਰ ਉਹ ਜੁਲਾਈ ਦਾ ਮਹੀਨਾ ਸੀ ਜਦੋਂ ਪਾਸਟਰ ਰੁਬੇਨ ਦਾਸ ਸਾਡੇ ਕਾਲਜ ਸੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਪਾਸਟਰ ਜੀ ਕਿ ਮੈਂ ਇਸ ਦੇ ਨਾਲ ਰਸਪੰਗਲ ਜਾ ਰਿਹਾ ਹਾਂ ਔਰ ਮੈਨੂੰ ਪਤਾ ਨਹੀਂ ਮੈਂ ਕੀ ਬੋਲਣਾ ਹਾਂ ਐਂਡ ਦੈਟ ਵਾਸ ਦ ਮੰਥ ਆਫ ਜੁਲਾਈ ਐਂਡ ਦੈਨ ਸਰਵੈਂਟ ਆਫ ਦ ਲਾਰਡ ਜਸਟ ਵਾਸ ਦੇਅਰ ਇਨ ਮਾਈ ਹਾਊਸ ਐਂਡ ਆਈ ਵਾਸ ਸ਼ੇਅਰਿੰਗ ਵਿਦ ਹਿਮ ਦੈਟ ਆਈ ਐਮ ਗੋਇੰਗ ਟੂ ਵੈਸਟ ਬੰਗਾਲ ਆਈ ਡੋਨਟ ਨੋ ਵਾਟ ਆਈ ਐਮ ਗੋਇੰਗ ਟੂ ਸਪੀਕ ਓਵਰ ਦੇਅਰ ਰੁਬੇਨ ਦਾਸ ਨੇ ਗੱਲ ਕੀਤੀ ਸੀ ਕਿ ਬੋਲਣ ਵਾਲੇ ਅਸੀਂ ਨਹੀਂ ਆ ਪਰਮੇਸ਼ਰ ਦਾ ਆਤਮਾ ਹੈ ਦੈਨ ਸਰਵੈਂਟ ਆਫ ਦ ਲਾਰਡ ਸੈਡ ਦੈਟ We are not going to speak, but the Spirit of the Lord. मैं उसे तो इस गाल में याद रखिया कि वाक्य ही बोलने वाले ऐसी नहीं हैं। ऐसे अपनी सोच नाल कुछ बोल सकते हैं, लेकिन खुदा का आत्मा है, वो कुछ अद्भुत बोल रहा है। Since that day, I remember that it's not we that we are going to speak; it's the Spirit of the Lord which is going to share the word of the Lord. और मैंने प्रार्थना भी किसी ने ली कि जब उस दिन मैं जाऊंगा, जो भी खुदा आत्मा होगा, प्रभु इच्छा रहेगी परमेश्वर का काम करेगा देन द सर्वेंट ऑफ द लॉर्ड प्रेड फॉर मी दैट द स्पिरिट ऑफ द लॉर्ड मे यूज मी द विल ऑफ द लॉर्ड माइट बी डन इन माय लाइफ वो सब कुछ खुदा का धन्यवाद है कि प्रभु ने बड़ी अद्भुत तरीके नाल काम किया हुआ जो मेरी इच्छा सी कि मैं उस जगह पे बोला लेकिन ओदे नहीं उस तो वध के जो खुदा का आत्मा गुना सी उस जगह पे परमेश्वर ने बोलया और बहुत सारे लोग सी जो क्रिश्चियन लोग सी बहुत सारे लोगों ने भगवान को कहा कि मेनू वक्त ही जो गल्ला परमेश्वर की आत्मा ने बोलियां वा ਸੋ ਜ਼ਰੂਰ ਸੀ ਨਾ ਗੱਲਾਂ ਨਹੀਂ ਆਈ ਐਮ ਗ੍ਰੇਟਫੁਲ ਟੂ ਦ ਲਾਰਡ ਦ ਵਰਡ ਆਫ ਦ ਲਾਰਡ ਵਿਚ ਆ ਸ਼ੇਅਰ ਓਵਰ ਥੇਅਰ ਦੈਟ ਵਾਸ ਦ ਬਾਈ ਦ ਸਪਿਰਿਟ ਆਫ ਦ ਲਾਰਡ ਮੈਨ ਪੀਪਲ ਦੇ ਗੋਟ ਬਲੇਸਿੰਗ ਐਂਡ ਰੀਲੀ ਆਈ ਵਾਸ ਸਰਪ੍ਰਾਈਜ਼ਡ ਦੈਟ ਦ ਥਿੰਗ ਵਿਚ ਆ ਸ਼ੇਅਰ ਇਟ ਵਾਸ ਨਾਟ ਬਾਈ ਮਾਈ ਮਾਈਂਡ ਇਟ ਵਾਸ ਬਾਈ ਦ ਸਪਿਰਿਟ ਆਫ ਦ ਲਾਰਡ ਜਦੋਂ ਸੋ ਕਿ ਕਦੋਂ ਵਾਪਸ ਆਣਾ ਸੀ ਮੈਂ ਕੁਝ ਪਰਿਵਾਰ ਨੇ ਮੇਰੇ ਇੱਕ ਪ੍ਰੋਫੀਸੀ ਕੀਤੀ ਸੀ ਪ੍ਰਾਰਥਨਾ ਰੂਪ ਵਿੱਚ ਕਹਿੰਦੇ ਖੁਦਾ ਤੋਂ ਜਲਦੀ ਆਪਣੀ ਸੇਵਾ ਲਈ ਮਜ਼ਬੂਤ ਕਰੇਗਾ ਤਿਆਰ ਕਰੇਗਾ ਤਾਂ ਇੱਕ ਅਲੱਗ ਸੇਵਾ ਹੀ ਦੇਵੇਗਾ ਜੋ ਖੁਦਾ ਆਪ ਨੂੰ ਚਾਹੁੰਦਾ ਵਾ ਉਹ ਸੱਚਮੁੱਚ ਜਦੋਂ ਮੈਂ ਵਾਪਿਸ ਆਇਆ ਸੀ ਅਕਤੂਬਰ ਦੇ ਮਹੀਨੇ ਵਿੱਚ ਮੈਂ ਸਕੂਲ ਵਿੱਚ ਟੀਚ ਕਰਦਾ ਵਾ ਮੈਨੂੰ ਪਤਾ ਨਹੀਂ ਸੀ ਉਸੇ ਮੇਰਾ ਅਭਿਸ਼ੇਕ ਹੋਣਾ ਵਾ ਪ੍ਰਭੂ ਦਾ ਸਾਡੇ ਘਰ ਆਏ ਸੀ ਚਰਚ ਦੀ ਮੀਟਿੰਗ ਸੀ ਉਸ ਦੌਰਾਨ ਅਕਤੂਬਰ ਦੇ ਮਹੀਨੇ 9 ਤਰੀਕ ਨੂੰ ਮੇਰਾ ਪ੍ਰਭੂ ਦਾਸ ਦੁਆਰਾ ਅਭਿਸ਼ੇਕ ਹੋਇਆ ਵਾ ਇੱਕ ਪਾਸਟਰ ਨਸਾ ਕੀਤਾ ਗਿਆ ਮੈਨੂੰ ਐਂਡ ਇਨ ਮੰਥ ਆਫ ਅਕਤੂਬਰ 9 ਆਈ ਵਾਸ ਅਪਾਇੰਟਡ
and anointed by the serpent of the Lord. When I was about to return from that place, there was prophecy for me that may the Lord is going to use you for his ministry in that time. लेकिन मेरे मन में एक सवाल थी मेरी सेवकाई किस तरह की है मेरी सेवकाई कब शुरू होगी या मैं किस तरह सेवकाई करूंगा and there was a question in my mind that what kind of ministry I am going to do and what kind of what am I going to share to the people और मैंने सोची कि मैं बाइबल स्टडी नहीं की थी ना मेरे नॉलेज है मेरे बच्चे की मैं अब भी पढ़ाऊंगा तो मैं पढ़ता सी ना कुछ खुदा का आत्मा मेरे से खांदा सी there was a lot of question in my life that I don't have any bible training I am not much educated by the for the word of the lord lot of things were there in my mind जब पापा ने कहता है कि वो भी अनपढ़ नहीं वो पढ़े नहीं है उन्होंने कोई स्टडी नहीं की थी लेकिन फिर भी खुदा का आत्मा बड़ी अद्भुत रीति की नॉलेज सिखाता है माय फादर इज इलिटरेटेड ही इज नॉट मच एजुकेटेड बट द स्पिरिट ऑफ द लॉर्ड इज टीचिंग हिम एंड गाइडिंग हिम कंटिन्यूअली प्रभु दास को जो मैं कहा थी किसी ने मैंने कहा जो सेब के बीच आ गया हुआ जुमाना वाला प्रचार होवे धाम वाला होवे प्रचार होवे डरना नहीं है प्रभु की आत्मा विच बने रहना है And when just I met a servant of the Lord, he told me, "Be a young, and there should be enthusiastic in your life. There should be a strengthening in your word." उस अस्पृश्य में धन्यवाद करना प्रभु दा कि मैं जी सेव पे जानना वा समझता हूँ जानना वा जब भी मैं पचास का समय होता हुआ जो मैं प्रभु दी कलाम जो बोलने होता हुआ मैं भी गालू याद करता हुआ कि खुदा सचमुच बोलने वाला मैं नहीं है थोड़ा आत्मा है सचमुच उस जगह थी परमेश्वर अद्भुत के नाम काम कर रहे हैं एंड आवर शेयर बाय द लॉर्ड इन द संडे सर्विस एंड इन प्लेसेस रियली द स्पिरिट ऑफ द लॉर्ड व्हिच इज यूजिंग मी स्ट्रेंथन मी एंड एंपावरिंग मी दैट आई एम शेयरिंग द वर्ड ऑफ द लॉर्ड टू द पीपल और मैं अटारी बॉर्डर के बीच एक पेंड है लाखरी पेंड है गवा रोड़ा वाला उस जगह की सेवकाई कर रहा हूं एंड अटारी बॉर्डर देयर इज अ विलेज अरोड़ा वाला आई एम डूइंग अ मिनिस्ट्री ओवर देयर और ये जिन्ने भी आसपास के इलाके हैं जिन्ने भी पेंड हैं वो सारे दुष्टात्मा जगड़े हुए हैं एंड अराउंड ऑल द विलेजेस मेनी पीपल आर दे आर पोसेस्ड बाय द इविल स्पिरिट्स सो मेरी प्रार्थना हुआ कि 2020 के बीच सी प्रभु नवा बल पाइए नवा मसा पाइए और रूहों में जैसे कि मेरी रूह नाश हो रही है वहां इट्स माय गोल इन द 2020 दैट न्यू स्ट्रेंथ एंड न्यू पावर वी नीड टू रिसीव फ्रॉम द लॉर्ड एंड वी नीड टू रीच द पीपल विद द वर्ड ऑफ द लॉर्ड तो मैं बेनती भी करा रहा कि प्रभु दासवान जी की कंटिन्यूअली प्रार्थना कर इस जगह पे परमेश्वर के काम को प्रभु के नाम को बता सके ताकि जितने भी लोग विनाश हो रहे हैं वो प्रभु को स्वीकार कर आई रिक्वेस्ट दैट सर द लॉर्ड जस्ट टू रिमेंबर अस इन अ प्रेयर सो दैट वी मे एबल टू बी शेयर द वर्ड ऑफ द लॉर्ड वी मे एबल टू बी सेव द पीपल हु आर पर्शिंग इन द सिन एंड द डोमिनियन थैंक यू सर जेम्स जी थैंक यू टू ऑल